अपना बीज असी अपना देसी इकट्ठा किया है। बीज मेरा केरला, मिजोरम, उत्तराखंड, उत्तरांचल, राजस्थान, हिमाचल, यह तकरीबन 8-10 स्टेटा तो आया होया। ये 17-18 टब्बर साढ़े नाल जुड़े हुए ने। सत श्री अकाल दोस्तों, तुसी देख रहे हो अपनी खेती। अज असी जेड़े फार्म ते बैठे हैं, ये गरेवाल फार्म है। एयरपोर्ट मोहाली तो कुछ क दूरी ते पिंड किशनपुरा च बनिया। तो चरणजीत सिंह गरेवाल इन्हां दे ओनर ने, अमेरिका रहिंदे सी। ते सोचा सी कि रिटायर लाइफ बड़े चंगे तरीके नाल जिउवांगे, पर जदों इत्थे आए तो कन्न च अजिही फूक वज्जी कुदरत दी। तो सोचा कि यार जमीन हैगी है तो खेती कर लीए। तो इस फार्म ते असी तो स्टार्टिंग दे विच आके देख लिया, काफ़ी कुछ है। पपीता भी लग्या होया, सारे तरह की दालां है, अपने बासमती चौल भी है, काली कणक का आटा भी है, प्रोडक्ट भी इत्थे वेच रहे हैं। सो बड़ा मल्टी क्रॉपिंग का एक चंगा मॉडल सीगा ये। तो गरेवाल साहब साडे नाल आ ही गए ने, इन्हां तों असीं भी सीखांगे ते कोशिश करांगे वी जिहड़ियां चंगीयां गल्लां हैगियां उह तुसीं जरूर सिखियो, क्योंकि तुहाडे काम आउणगियां। जेकर नवां फार्म शुरू करना है, अपने प्रोडक्ट आप बना के आप मुल निर्धारित करना है, तो किसी ते निर्भर नहीं होना, तो यह गल्लां तुहाडे काम दीआं हो सकदीआं ने। गरेवाल साहब सत श्री अकाल। सत श्री अकाल जी। अच्छा, सवाल मेरा यही है, इहो जी कि खुशी मिलती है ना? चंडीगढ़ रहिंदे हो तुसीं, दस्सिया भी चंडीगढ़ रहिंदे आ, इहो जिहा की ਭਾਲਦੇ ਆ ਵੀ ਇੱਥੇ ਤੁਸੀਂ ਆ ਡੱਬਿਆਂ 'ਚ ਸਮਾਨ ਰੱਖ ਕੇ ਵੇਚਣ ਲੱਗ ਪਏ? ਠੀਕ ਹੈ, ਕੀ ਜਾਗ ਗਿਆ ਇਹੋ ਜਿਹਾ ਮਨ 'ਚ? ਸ਼ੁਰੂਆਤ ਸਾਡੀ ਤਕਰੀਬਨ ਕੁਛ ਇਹੀ ਜੀ ਹੈ ਬਈ, ਅਸੀਂ 10-12 ਸਾਲ ਪਹਿਲਾਂ ਅਮਰੀਕਾ ਤੋਂ ਮੁੜ ਕੇ ਆਏ ਸੀ। ਅਤੇ ਇੱਕ ਦਿਨ ਬੈਠੇ ਬੈਠੇ ਵਾਈਫ ਨੇ ਕਿਤੇ ਕਹਿਤਾ ਵੀ ਆਪਾਂ ਜ਼ਹਿਰ ਖਾਣ ਦਾ ਕਿਉਂ ਕਿਸੇ ਨੂੰ ਮੁਨਾਫਾ ਦਈਏ? ਅਤੇ ਮੇਰਾ ਖੇਤੀ ਦਾ ਕੋਈ ਤਜਰਬਾ ਨਹੀਂ ਸੀ, ਅਤੇ ਮੈਂ ਥੋੜ੍ਹਾ ਜਿਹਾ ਰਜਿਸਟ ਕੀਤਾ। ਮੈਂ ਕਿਹਾ ਜੀ ਨਾ ਤਾਂ ਖੇਤੀ ਦਾ ਕੋਈ ਸਾਡਾ ਤਜਰਬਾ ਹੈ, ਅਤੇ ਉਹ ਵੀ ਆਪਾਂ ਸਿੱਧੀ ਔਰਗੈਨਿਕ ਖੇਤੀ ਕਰੀਏ। ਪਰ ਤੁਹਾਨੂੰ ਪਤਾ ਹੈ ਫਿਰ ਜਦੋਂ ਵਾਈਫ ਦੇ ਹਦਾਇਤਾਂ ਜਾਰੀ ਹੋ ਜਾਂਦੀਆਂ ਨੇ ਤਾਂ ਫਿਰ ਉਹਨੂੰ ਆਪਾਂ ਮੰਨਣਾ ਹੀ ਪੈਂਦਾ। ਸੋ ਅਸੀਂ ਸ਼ੁਰੂ ਕੀਤਾ, ਅਤੇ ਪਹਿਲੇ ਸਾਲ ਅਸੀਂ ਥੋੜ੍ਹਾ ਜਿਹਾ ਰਕਬਾ ਹੀ ਇਸਤੇਮਾਲ ਕੀਤਾ। ਅਤੇ ਮੈਨੂੰ ਯਾਦ ਹੈ ਨਵੰਬਰ ਦਾ ਮਹੀਨਾ ਸੀ, ਅਤੇ ਉਹ ਸਾਲ ਸਾਡੇ ਮੇਰੇ ਖਿਆਲ ਸਾਰੇ ਸੀਜ਼ਨ 'ਚ ਸਾਨੂੰ 4-5 ਬੈਂਗਣ ਮਿਲੇ ਸੀ। ਦੇਖੋ, ਸ਼ੁਰੂ 'ਚ ਕਿਸੇ ਨੇ ਮੈਨੂੰ ਕਿਹਾ ਸੀ ਵੀ ਕੁਦਰਤ ਤੁਹਾਨੂੰ ਧੱਕੇ ਦਊਗੀ। ਕੁਦਰਤ ਵੀ ਇਹ ਦੇਖ ਤੁਹਾਡਾ ਟੈਸਟ ਲੈਂਦੀ ਹੈ ਵੀ ਤੁਸੀਂ ਕਿੰਨੇ ਸੱਚੇ ਸੁੱਚੇ ਹੋ, ਅਤੇ ਤੁਸੀਂ ਕਿੰਨੀ ਕੁ ਲੰਬੀ ਦੌੜ ਵਾਸਤੇ ਤਿਆਰ ਹੋ, ਅਤੇ ਤੁਸੀਂ ਕਿੰਨੀ ਕਮਿਟਮੈਂਟ ਤੁਹਾਡੀ ਹੈ, ਜਾਂ ਤੁਸੀਂ ਫੈਸ਼ਨ ਵਾਸਤੇ ਤੁਸੀਂ ਕਰੀ ਜਾਂਦੇ ਹੋ ਵੀ ਚੱਲ ਠੀਕ ਹੈ ਹਾਂ। ਸੋ ਜਿੱਦਣ ਕੁਦਰਤ ਨੂੰ ਪਤਾ ਲੱਗ ਗਿਆ ਵੀ ਹਾਂ ਬਈ ਨਹੀਂ ਬੰਦਾ ਮੇਰੇ ਨਾਲ ਖੜਾ ਹੈ, ਫਿਰ ਨਹੀਂ ਕੁਦਰਤ ਤੁਹਾਨੂੰ ਕੋਈ ਨੁਕਸਾਨ ਹੋਣ ਦਿੰਦੀ। ਹੁਣ ਸਾਨੂੰ ਇਹਦਾ ਉਪਰਾਲੇ ਦਾ ਕਾਫੀ ਸਾਨੂੰ ਰਿਸਪੋਂਸ ਚੰਗਾ ਮਿਲਿਆ। ਲੋਕ ਜਿਹੜੇ ਆਏ ਨੇ, ਹਾਲਾਂਕਿ ਅੱਜ ਤਾਂ ਸਾਡਾ ਦੂਜਾ ਦਿਨ ਹੀ ਹੈਗਾ, ਪਰ ਜਿਹੜਾ ਪਿਛਲੇ ਹਫ਼ਤੇ ਜਿਹੜਾ ਅਸੀਂ ਲਾਇਆ ਸੀ, ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਵੀ ਸਾਨੂੰ ਚੰਗਾ ਖਾਣ ਦੀ ਆਪਸ਼ਨ ਮਿਲਦੀ ਹੈ, ਅਸੀਂ ਕਿਉਂ ਨਾ ਲਈਏ। ਅਤੇ ਉਹ ਕਈਆਂ ਨੇ ਸਾਨੂੰ ਫਿਰ ਹਫ਼ਤੇ 'ਚ ਫੋਨ ਕਰਕੇ ਵੀ ਪੁੱਛਿਆ ਵੀ ਅਸੀਂ ਕਦੋਂ ਆ ਸਕਦੇ ਹਾਂ ਦੁਬਾਰਾ। ਸੋ ਕਈਆਂ ਨੇ ਪੁੱਛਿਆ ਵੀ ਅੱਜ ਹੋ ਰਿਹਾ। ਸੋ ਅੱਛਾ, ਹੁਣ ਤਾਂ ਫਿਰ ਤੁਸੀਂ ਫੈਮਲੀਆਂ ਜੋੜ ਲਈਆਂ ਜੀ? ਹਾਂਜੀ, ਹੈ ਨਾ? ਤਾਂ ਉਹਨਾਂ ਦੀ ਜਿਹੜਾ ਕਿਚਨ 'ਚ ਸਮਾਨ ਜਾਂਦਾ ਸਾਰਾ, ਹਾਂਜੀ, ਉਹ ਤੁਹਾਡੇ ਫਾਰਮ ਤੋਂ ਜਾਣ ਲੱਗ ਪਿਆ। ਹਾਂਜੀ, ਮਾਰਕੀਟਿੰਗ ਵੀ ਹੋ ਗਈ, ਹਾਂਜੀ, ਉਹਨਾਂ ਨੂੰ ਚੰਗਾ ਖਾਣ ਨੂੰ ਵੀ ਮਿਲ ਗਿਆ। ਠੀਕ ਹੈ ਜੀ, ਹੈ ਨਾ? ਅਤੇ ਹਾਂਜੀ, ਆਓ ਜੀ, ਇੱਥੇ ਹੀ ਹੈ ਜੀ, ਇੱਧਰ ਹੀ ਹੈ। ਸੋ ਇਹ ਸਾਡੇ ਇੰਟਰਵਿਊ ਕਰਦੇ ਕਰਦੇ ਕਲਾਇੰਟ ਆਏ ਆ ਇਹਨਾਂ ਦੇ, ਸੋ ਜਿਹਨੇ ਚੰਗਾ ਖਾਣਾ ਹੈ, ਜਿਹਨੂੰ ਸਿਹਤ ਦਾ ਫਿਕਰ ਹੈ, ਤਾਂ ਉਹ ਖੁਦ ਪਹੁੰਚਦਾ ਜੀ। ਥੋੜ੍ਹੀ ਜਿਹੀ ਹੋਰ ਵੀ ਦੇਖਿਆ ਵੀ ਔਰਗੈਨਿਕ ਖੇਤੀ ਦੇ ਨਾਮ 'ਤੇ ਥੋੜ੍ਹੀ ਕਾਲਾ ਬਾਜ਼ਾਰੀ ਵੀ ਹੋ ਰਹੀ ਹੈ ਜੀ, ਕਿਵੇਂ ਕਿ ਹੁਣ ਚੀਜ਼ ਪਈ ਹੈ ਮੌਲ 'ਚ, ਇੱਕ ਚੀਜ਼ ਦਾ ਰੇਟ ਨਿਰਧਾਰਿਤ ਕੀਤਾ 100 ਰੁਪਈਆ,
ਉਹੀ ਚੀਜ਼ ਔਰਗੈਨਿਕ ਦਾ 400 ਰੁਪਈਆ ਪਰ ਕੀ ਸ਼ੋਰ ਹੈ ਕਿ ਉਹ ਔਰਗੈਨਿਕ ਹੀ ਆਈ ਹੈ ਕਿੱਥੋਂ ਆਈ ਹੈ ਕਿੱਥੋਂ ਨਹੀਂ ਆਈ ਮੌਲ 'ਚ ਪਈ ਚੀਜ਼ ਤਾਂ ਹੀ ਅਸੀਂ ਲੋਕਾਂ ਨੂੰ ਇੱਥੇ ਸੱਦਦੇ ਹਾਂ ਬਿਲਕੁਲ ਵੀ ਹੁਣ ਤੁਸੀਂ ਆਓਗੇ ਤੁਹਾਨੂੰ ਪਤਾ ਵੀ ਅੱਛਾ ਇੱਥੇ ਆਹ ਜੰਮਿਆ ਹੋਇਆ ਜਿਵੇਂ ਜਿਵੇਂ ਤੁਸੀਂ ਸਾਡੇ ਨਾਲ ਲੰਬਾ ਜੁੜੋਗੇ ਤੁਸੀਂ ਦੇਖੋਗੇ ਵੀ ਇੱਥੇ ਆਹ ਲਾਤਾ ਇਹਨੇ ਆਹ ਲੱਗਿਆ ਉਹ ਲਾਇਆ ਇਹ ਹੈਗਾ ਇਹ ਨਹੀਂ ਹੈ ਫਿਰ ਜਦੋਂ ਇੱਥੇ ਆਉਂਦਾ ਫਿਰ ਤੁਸੀਂ ਸਵਾਲ ਪੁੱਛਣ ਜੋਗੇ ਤਾਂ ਹੈਗੇ ਆ ਨਾ ਬਿਲਕੁਲ ਵੀ ਯਾਰ ਤੂੰ ਲਾਇਆ ਹੀ ਹੈ ਨਹੀਂ ਸੀ ਇੱਥੇ ਕਿਵੇਂ ਆ ਗਿਆ ਬਿਲਕੁਲ ਔਰ ਸਾਡੀ ਮੇਰੇ ਕੋਲ ਕਈ ਲੋਕ ਆਏ ਨੇ ਵੀ ਮੇਰਾ ਘਿਓ ਰੱਖ ਲਿਆ ਮੇਰਾ ਆਹ ਰੱਖ ਲਿਆ ਮੇਰਾ ਉਹ ਰੱਖ ਲਿਆ ਮੈਂ ਕਹਿੰਦਾ ਜਿਹੜੀ ਚੀਜ਼ ਮੇਰੇ ਅੱਖਾਂ ਸਾਹਮਣੇ ਨਹੀਂ ਹੋਈ ਮੈਂ ਨਹੀਂ ਲਾਉਂਦਾ ਇੱਥੇ ਬਿਲਕੁਲ ਕਿਉਂ ਫਾਈਨਲੀ ਨੌ ਤਾਂ ਮੇਰਾ ਲੱਗਿਆ ਹੋਇਆ ਨਾ ਅੱਗੇ ਹਾਂਜੀ ਗਰੇਵਾਲ ਹਾਂ ਨੌ ਤਾਂ ਗਰੇਵਾਲ ਹੈ ਨਾ ਬਿਲਕੁਲ ਜੇ ਕੱਲ੍ਹ ਨੂੰ ਹੋ ਗਿਆ ਅਗਲੇ ਨੇ ਕਹਿਣਾ ਯਾਰ ਗਰੇਵਾਲ ਨੇ ਠੱਗ ਲਿਆ ਮੈਨੂੰ ਹਾਲੇ ਵੀ ਥੋੜ੍ਹਾ ਜਿਹਾ ਅੱਜ ਤੀਕਰ ਅਜੇ ਭੱਜਦੇ ਆ ਪਿੱਛੇ ਔਰਗੈਨਿਕ ਖੇਤੀ ਤੋਂ ਇਹ ਮੈਂ ਗੱਲ ਨੋਟ ਕੀਤੀ ਹੈ ਹਾਂਜੀ ਉਹ ਲੋਕਾਂ ਨੂੰ ਦੇਖੋ ਅੱਜ ਕੱਲ੍ਹ ਹਰੇਕ ਕਿਸਾਨ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਬੜੀ ਨਾਜ਼ੁਕ ਹੈ ਉਹ ਤਾਂ ਬਸ ਖਰਚਾ ਪੂਰਾ ਪੂਰਾ ਹੀ ਹੋ ਰਿਹਾ ਕੋਈ ਸਰਕਲ ਗਿਣੇ ਹਾਂ ਗਿਣੇ ਚੁਣੇ ਨੇ ਜਿਹੜੇ ਕਹਿਣਗੇ ਵੀ ਨਹੀਂ ਹਾਂ ਮੇਰੇ ਕੋਲ ਜੇ ਮੇਰੀ ਇੱਕ ਫਸਲ ਖਰਾਬ ਹੋ ਗਈ ਤਾਂ ਮੈਂ ਸੰਭਲ ਜੂੰਗਾ ਬਹੁਤ ਘੱਟ ਲੋਕ ਨੇ ਸੋ ਇਸ ਕਰਕੇ ਅਗਲਾ ਉਹ ਛਾਲ ਮਾਰਨ ਨੂੰ ਤਿਆਰ ਨਹੀਂ ਹੁੰਦਾ ਵੀ ਜੇ ਮੇਰਾ ਕੁਛ ਹੋ ਗਿਆ ਮੇਰੀ ਕੁੜੀ ਵਿਆਹਣ ਹੈ ਵਿਆਹਣ ਨੂੰ ਬੈਠੀ ਹੈ ਟਰੈਕਟਰ ਦਾ ਖਰਚਾ ਹੈ ਟਿਊਬਵੈਲ ਦਾ ਖਰਚਾ ਹੈ ਪਸ਼ੂ ਕਿਸੇ ਦਾ ਬਿਮਾਰ ਹੋ ਗਿਆ ਸੌ ਖਰਚੇ ਨੇ ਕਬੀਲਦਾਰੀ ਹੁੰਦੀ ਹੈ ਸੋ ਉਹ ਕਿੱਥੋਂ ਪੂਰਾ ਕਰੂਗਾ ਮੈਨੂੰ ਅੱਜ ਤੀਕ ਕਿਸੇ ਨੇ ਨਹੀਂ ਪੁੱਛਿਆ ਵੀ ਉਹ ਗੁਆਂਢੀ ਦੇ ਕਣਕ 'ਚ ਕੀ ਜ਼ਹਿਰ ਘੋਲਿਆ ਹੋਇਆ ਕਿੰਨਾ ਘੋਲਿਆ ਹੈ ਮੈਨੂੰ ਕਹਿ ਦੂਗਾ ਵੀ ਔਰਗੈਨਿਕ ਦਾ ਸਰਟੀਫਿਕੇਟ ਦਿਖਾ ਜੇ ਤੁਹਾਨੂੰ ਨਹੀਂ ਵੀ ਮੇਰੇ ਘੀਏ 'ਚ ਕਿੰਨਾ ਆਕਸੀਟੋਸਿਨ ਪਿਆ ਮੇਰੇ ਬੈਂਗਣ 'ਚ ਕੀ ਪਿਆ ਮੇਰੀ ਕਣਕ 'ਚ ਕੀ ਪਿਆ ਦਵਾਈਆਂ ਹੀ ਪਈਆਂ ਨੇ ਜੇ ਤੁਹਾਨੂੰ ਇਹ ਨਹੀਂ ਹੈ ਵੀ ਤੁਸੀਂ ਉਹਨੂੰ ਇਹ ਨਹੀਂ ਪੁੱਛਣਾ ਵੀ ਤੂੰ ਕਿਹੜੀ ਦਵਾਈ ਪਾਈ ਹੈ ਮੇਰੇ ਆਟੇ 'ਚ ਕੀ ਪਿਆ ਤਾਂ ਮੈਨੂੰ ਤੁਸੀਂ ਔਰਗੈਨਿਕ ਸਰਟੀਫਿਕੇਟ ਤਾਂ ਫੱਟ ਮੰਗ ਲੈਣਾ ਬਿਲਕੁਲ ਠੀਕ ਹੈ ਸੋ ਕਿਤੇ ਨਾ ਕਿਤੇ ਇਹ ਆਪਣੇ ਕੰਜ਼ਿਊਮਰ ਦੀ ਰਿਸਪੋਂਸੀਬਿਲਟੀ ਵੀ ਬਣਦੀ ਹੈ ਇਹ ਇੱਕ ਗੱਲ ਮੇਰੇ ਹੋਰ ਧਿਆਨ 'ਚ ਆਈ ਫਰਕ ਪੈਂਦਾ ਕਿ ਜਿਹੜਾ ਬੰਦਾ ਔਰਗੈਨਿਕ ਕਰ ਰਿਹਾ ਉਹਦੇ ਨਾਲ ਵਾਲੇ ਖੇਤ 'ਚ ਜੇ ਕੈਮੀਕਲ ਹੋ ਰਿਹਾ ਤਾਂ ਔਰਗੈਨਿਕ ਨਹੀਂ ਹੋ ਸਕਦਾ ਜੀ ਕਿੰਨਾ ਕੁ ਫਰਕ ਪੈਂਦਾ ਉਹਦੇ 'ਚ ਫਰਕ ਪੈਂਦਾ ਸੋ ਉਹਦੇ ਲਈ ਜਿਹੜੀ ਸੁਜੈਸਟ ਕਰਦੇ ਨੇ ਵੀ ਤੁਸੀਂ ਬਾੜ ਲਾਓ ਕਿਸੇ ਕਿਸਮ ਦੀ ਬਾੜ ਲਾ ਲਓ ਅਤੇ ਇਹ ਬਾੜ ਦਾ ਕੰਮ ਹੁੰਦਾ ਜਿਹੜੇ ਪਾਸੇ ਹਵਾ ਦਾ ਰੁੱਖ ਹੋਵੇ ਹੁਣ ਆਮ ਤੌਰ 'ਤੇ ਹਵਾ ਦਾ ਰੁੱਖ ਸਾਡੇ ਐਂ ਚੱਲਦਾ ਪੂਰਵਾ ਪਸ਼ਵਾ ਅੱਛਾ ਜੀ ਸੋ ਇੱਧਰੋਂ ਜੇ ਘੱਟ ਸਾਡੇ ਚਾਂਸ ਹੈ ਤਾਂ ਹਵਾ ਨਾਲ ਜਿਹੜਾ ਕੈਮੀਕਲ ਹੈ ਉਹ ਆਪਣੇ ਖੇਤ 'ਚ ਉਹੀ ਹਾਂ ਬਸ ਇੰਨਾ ਕੁ ਬਚਾਅ ਹੁੰਦਾ ਠੀਕ ਹੈ ਚਲੋ ਧੁੱਪ ਚੰਗੀ ਹੋ ਗਈ ਹੈ ਮੈਂ ਕਹਿੰਦਾ ਆਪਾਂ ਤੁਰ ਫਿਰ ਕੇ ਦੇਖ ਲਈਏ ਥੋੜ੍ਹਾ ਹਾਂਜੀ ਹਾਂਜੀ ਜ਼ਰੂਰ ਜਿੰਨਾ ਵੀ ਅਸੀਂ ਆਪਣਾ ਬੀਜ ਅਸੀਂ ਆਪਣਾ ਦੇਸੀ ਇਕੱਠਾ ਕੀਤਾ ਹੈ ਬੀਜ ਮੇਰਾ ਕੇਰਲਾ ਮਿਜ਼ੋਰਾਮ ਉੱਤਰਾਖੰਡ ਉੱਤਰਾਂਚਲ ਰਾਜਸਥਾਨ ਹਿਮਾਚਲ ਇਹੋ ਜਿਹੀਆਂ ਤਕਰੀਬਨ 8-10 ਸਟੇਟਾਂ ਤੋਂ ਆਇਆ ਹੋਇਆ ਕਿਉਂਕਿ ਇੱਥੇ ਜਿਹੜੀ ਆਹ ਖੇਤੀ ਕਰਦੇ ਹਾਂ ਆਪਾਂ ਹਾਈ ਯੀਲਡ ਵਰਾਇਟੀ ਨਾਲ ਕਰ ਨਹੀਂ ਸਕਦੇ ਦੇਸੀ ਬੀਜ ਨਾਲ ਹੀ ਕਰ ਸਕਦੇ ਹਾਂ ਸੋ ਅਸੀਂ ਆਪਣਾ ਦੇਸੀ ਬੀਜ ਬਣਾ ਕੇ ਆਪਣਾ ਹੀ ਇਸਤੇਮਾਲ ਕਰਦੇ ਹਾਂ ਔਰ ਅਸੀਂ ਸਾਡੇ ਤਜਰਬੇ 'ਚ ਇਹ ਹੈ ਵੀ ਬੈਸਟ ਇਹਨੂੰ ਰੱਖਣ ਵਾਸਤੇ ਇਹੋ ਜਿਹੀਆਂ ਆਪਣੀਆਂ ਤੌੜੀਆਂ ਜਿਹੀਆਂ ਲੈ ਲਈਆਂ ਇਹਦੇ ਨਾਲ ਨਾ ਗਰਮੈਸ਼ ਬਹੁਤੀ ਪੈਂਦੀ ਹੈ ਨਾ ਠੰਡ ਬਹੁਤੀ ਪੈਂਦੀ ਹੈ ਅਤੇ ਜਦੋਂ ਬਰਸਾਤੀ ਮੌਸਮ ਹੁੰਦਾ ਉਦੋਂ ਨਮੀ ਵੀ ਘੱਟ ਜਾਂਦੀ ਹੈ ਅਤੇ ਇਹਦੇ 'ਤੇ ਅਸੀਂ ਲਾ ਦਿੰਦੇ ਹਾਂ ਵੀ ਕਿਹੜੇ ਸਾਲ ਦਾ ਔਰ ਕਿਹੜਾ ਉਹਦੇ 'ਚ ਕਿਹੜੀ ਆਈਟਮ ਹੈ ਉਹਦਾ ਹੈਗਾ ਅਤੇ ਅੰਦਰ ਅਸੀਂ ਪਾ ਦਿੰਦੇ ਹਾਂ ਇਹਦੇ 'ਚ ਥੋੜ੍ਹੀ ਜਿਹੀ ਪਾਥੀਆਂ ਦੀ ਰਾਖ ਪਾ ਦਿੰਦੇ ਹਾਂ ਉਹਦੇ ਨਾਲ ਕੀੜੇ ਕੂੜੇ ਨਹੀਂ ਆਉਂਦੇ ਪਾਥੀਆਂ ਨੂੰ ਆਪਣਾ ਜਲਾ ਕੇ ਜਿਹੜੀ ਰਾਖ ਹੁੰਦੀ ਹੈ ਉਹਦੇ 'ਚ ਪਾ ਉਹਦੇ 'ਚ ਪਾ ਦਿੰਦੇ ਇਹ ਲਾਈਫ ਟਾਈਮ ਰਹਿੰਦਾ ਇਹ ਤੋਂ ਬਾਅਦ ਇਹ ਲਾਈਫ ਟਾਈਮ ਤਾਂ ਨਹੀਂ ਜਿੰਨਾ ਟਾਈਮ ਮਰਜ਼ੀ ਸੇਵ ਕਰ ਲਈਏ ਪਰ ਇਹ ਕਾਫੀ ਲੰਬਾ ਟਾਈਮ ਕੱਢ ਜਾਂਦਾ ਹੈ ਅੱਛਾ ਠੀਕ ਹੈ ਹੁਣ ਆਪਾਂ ਇੱਥੇ ਖੜ੍ਹੇ ਹਾਂ ਮਈ ਦਾ ਦੂਜਾ ਵੀ ਹਫ਼ਤਾ ਹੈਗਾ ਥੋੜ੍ਹੀ ਚਿਰ ਨੂੰ ਆਪਣੀ ਜੀਰੀ ਲੱਗਣੀ ਸ਼ੁਰੂ ਹੋ ਜੂਗੀ ਉਹ ਤੋਂ ਬਾਅਦ ਸਭ ਦਾ ਰੌਲਾ ਪੈਂਦਾ ਵੀ ਪਰਾਲੀ ਨੂੰ ਅੱਗ ਲੱਗ ਗਈ ਤੁਸੀਂ ਜੀਰੀ ਕਿਉਂ ਲਾਉਂਦੇ ਹੋ ਤੁਸੀਂ ਇਕੱਲੀ ਕਣਕ ਅਤੇ ਜੀਰੀ ਕਿਉਂ ਕਰਦੇ ਹੋ ਹੋਰ ਕੁਛ ਕਿਉਂ ਨਹੀਂ ਕਰ ਸਕਦੇ ਹੁਣ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਸਾਡੇ ਖੇਤ 'ਚੋਂ ਸ਼ਰਬਤੀ ਕਣਕ ਹੈਗੀ ਅਤੇ ਕਾਲੀ ਕਣਕ ਦਾ ਆਟਾ ਬੇਸਣ ਆਪਣਾ ਮੈਦਾ ਆ ਗਿਆ ਬੇਸਣ ਆ ਗਿਆ ਚਾਰ ਕਿਸਮ ਦੇ ਸਾਡੇ ਚੌਲ ਹੋ ਗਏ ਕਾਬਲੀ ਚਨਾ ਕਾਲਾ ਚਨਾ ਅਤੇ ਅਸਲੀ ਕਾਲਾ ਚਨਾ ਚਨੇ ਦੀ ਦਾਲ ਕੱਢ ਲਈ ਅਸੀਂ
मसर की दाल आ गई, मांह की दाल आ गई, मूंगी की दाल आ गई साड़ी। आ तुसी देख लो सब्जियां पईयां ने साडे कोल, बाकी साडियां हुण निकलणगियां। टमाटर, तर, पुदीना, धनिया, पालक, जुगनू कद्दू, जुकिनी भी कह दिंदे आ, चप्पन कद्दू, पेठा, लसण आ गया, आलू वो पए ने, मूंगफली का तेल, सरों का तेल, कच्ची हल्दी, हल्दी का पाउडर, तो आ सारा साडा इत्थे पिया, ये सारा साडा इत्थे उगाया होया है जी। हुण जे किसान नूं इहदा मुल मिलना शुरू हो जाए, जे उहनूं इहदा मुल मिलना शुरू हो जाए, वो क्यों अपना कणक चीरी के पिछे पिछे भजिया फिर? ठीक है, नाल उहदा आपदा घर तकड़ा होगा, नाले उहदी आपदी सेहत तकड़ी होगी। ठीक है, मोनोक्रॉपिंग तो हट के मल्टी क्रॉपिंग आप ही थोड़ी आ गई, कोई सरकारी थानू इंसेंटिव की लोड़ नहीं है, किसी कोई प्रोग्राम की लोड़ नहीं है, बस सिर्फ एक कंज्यूमर की घाट है। ठीक है ना, हरेक कहिंदा वी मेरी मार्केटिंग कित्थों करां, कंज्यूमर की घाट है, कंज्यूमर नू थोड़ा जिहा अपना तगड़े हो के अगे आना पैना है। सो इहदे नाल मल्टी क्रॉपिंग शुरू हो जाऊगी, मल्टी क्रॉपिंग नाल कंज्यूमर की सेहत ठीक होगी। ठीक है, मल्टी क्रॉपिंग तो किसान की होगी, उहदे नाल कंज्यूमर की सेहत तकड़ी हुंदी है, थोड़ा वातावरण बचता है, थोड़ी जमीन तकड़ियाँ होंदिया ने, क्योंकि जे मैं 15 किले कली कणक ही लाती तो उस तो बाद झोना लाता फिर ही करी जमा, जमीन भी कमज़ोर हो जाती है। जे मैं टुटवे जे हिस्सों कदे कुछ लाता कदे कुछ करता, और ये देख लिया भी पिछली फसल नू अगली फसल कि चंकी है, उस हिसाब नाल जे मैं अपना साइकिल बनावा तो मेरी जमीन भी आप ही तकड़ी हो जाऊगी। तो हुण जिवें पिछले साल असी जीरी नहीं लाई, उहदी जगह असी लोभिया लाया, जिहड़ी मेरी शरबती कणक आम तौर पर इन्नी हुंदी है, इस साल तो मेरी इत्थे इत्थे पहुँची हुई सी, मेरा झाड़ भी वधिया क्योंकि लोभिए ने मेरी जमीन तकड़ी की कणक वास्ते। ठीक है जी, ठीक है जी। तो मेरी एड्डी उच्ची जिहड़ी कणक है वह नेरी च डिगी नहीं, मेरे नाल वाली दी जिहड़ी एड्डी छोटी कणक सीगी वह हवा नाल डिग पी। ठीक है, क्योंकि मेरी जमीन तकड़ी सी, जमीन तकड़ी करके मेरे बूटियां दी जिहड़ी जड़ां सी वह चंगियां फैलियां और मेरा बूटा संभल के रह गया।